ਸਿੱਖ ਪ੍ਰਚਾਰਕ ਗਿਆਨੀ ਭੁਪਿੰਦਰ ਸਿੰਘ ਨੂੰ SCPC ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਸਿੱਖ ਪ੍ਰਚਾਰਕ ਭੁਪਿੰਦਰ ਸਿੰਘ ਜੀ ਪਿਛਲੇ ਦਿਨਾਂ ਤੋਂ 550 ਸਾਲਾਂ ਨੂੰ ਸਮਰਪਿਤ ਵੱਖ ਵੱਖ ਥਾਵਾਂ 'ਤੇ ਜਾ ਕੇ ਪ੍ਰਚਾਰ ਕਰ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦੁਆਰਾ ਕੀਤੇ ਗਏ ਸਾਰੇ ਪ੍ਰਚਾਰ ਸਮਾਗਮ ਆਵਾਜ਼ੀ ਕੌਮ TV ਵੱਲੋਂ ਲਾਈਵ ਕੀਤੇ ਗਏ ਸਨ। ਅਸੀਂ ਆਪਣੇ ਚੈਨਲ ਆਵਾਜ਼ੀ ਕੌਮ TV ਵੱਲੋਂ ਵੀ ਗਿਆਨੀ ਭੁਪਿੰਦਰ ਸਿੰਘ ਜੀ ਨੂੰ ਸਨਮਾਨਿਤ ਕੀਤੇ ਜਾਣ 'ਤੇ ਵਧਾਈ ਦਿੰਦੇ ਹਾਂ।